ਮੈਂ ਕਹਿੰਦਾ ਰਿਹਾ ਭਾਅ ਜੀ ਬਸ ਕਰੋ। ਉਹਨਾਂ ਦੇ ਅਫਸਰ ਨੇ ਜ਼ਰੂਰ ਉਸ ਮੁਲਾਜ਼ਮ ਨੂੰ ਰੋਕਿਆ ਕਿ ਤੂੰ ਕੀ ਕਰ ਰਿਹਾ, ਬਸ ਕਰ, ਮੁੰਡਾ ਮਰ ਜੂਗਾ। ਉਹਨਾਂ ਦੀ ਵੀ ਨਹੀਂ ਸੁਣੀ ਸਰ। ਘੱਟੋ ਘੱਟ 16-17 ਡੰਡੇ ਤੋਂ ਉਹਨੇ ਮੇਰੇ ਸਿਰ 'ਤੇ ਹੀ ਮਾਰਿਆ ਸਰ। ਮੈਂ ਕਿਹਾ ਉਹਨਾਂ ਨੂੰ ਕਿ ਮੈਨੂੰ ਕਿਉਂ ਮਾਰ ਰਹੇ, ਮੈਂ ਤੁਹਾਨੂੰ ਕੀ ਕਿਹਾ, ਚੱਲ ਥਾਣੇ। ਕਹਿੰਦੇ ਇਹਦਾ ਪਰਚਾ ਪਾਉਣਾ ਜਿਹਨੂੰ ਮਰਜ਼ੀ ਕਹੇ, ਤੂੰ ਕੌਣ ਦਾ ਸਾਨੂੰ ਕਹਿਣ ਵਾਲਾ, ਮੈਂ ਕੁਛ ਵੀ ਨਹੀਂ ਕਿਹਾ। ਪਰ ਉਹਨਾਂ ਨੇ ਮੇਰੇ ਸਿਰ 'ਤੇ ਡੰਡੇ ਮਾਰੇ, ਇੱਕ ਤਾਂ ਇੱਦਾਂ ਕਿਸੇ ਚੀਜ਼ 'ਤੇ ਸਿੱਧੇ ਮਾਰਦੇ, ਸਿੱਧੇ ਤਾਂ ਮਾਰੇ, ਇੱਦਾਂ ਘੁਬੋ ਘੁਬੋ ਕੇ ਵੀ ਮਾਰੇ ਸਰ। ਮੈਂ ਇੰਜੀਨੀਅਰ ਹਾਂ, ਮੈਂ ਕੰਪਿਊਟਰ ਦੇ ਵਿੱਚ ਟੋਟਲੀ ਸਰ ਮਾਸਟਰ ਹਾਂ। ਲੁਧਿਆਣਾ ਦਾ ਇਹ ਇੱਕ ਆਟੋ ਡਰਾਈਵਰ ਹੈ ਜਿਸ ਦੇ ਮਾਪੇ ਇੱਕ ਚੰਗੀ ਪੋਜੀਸ਼ਨ 'ਤੇ ਨੇ, ਇਹ ਆਪ ਵੀ ਚੰਗਾ ਪੜ੍ਹਿਆ ਲਿਖਿਆ ਹੋਇਆ ਏ, ਪਰ ਪੁਲਿਸ ਨੇ ਇਸ ਨੂੰ ਨਸ਼ਾ ਤਸਕਰ ਸਮਝ ਕੇ ਕੁੱਟ ਦਿੱਤਾ, ਇਸ ਦੀ ਪਿੱਠ 'ਤੇ ਡੰਡੇ ਮਾਰੇ, ਪਿੱਠ ਲਾਲ ਕਰ ਦਿੱਤੀ। ਤਾਹਾਂ ਮਾਰ ਕੇ ਰੋ ਰਿਹਾ ਕਿ ਮੈਨੂੰ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਨਿਸ਼ਾਨਾ ਬਣਾਇਆ, ਨਸ਼ਾ ਤਸਕਰ ਸਮਝ ਕੇ ਕਿਵੇਂ ਕੁੱਟਮਾਰ ਕੀਤੀ ਗਈ। ਦਰਅਸਲ ਇਹ ਸਵਾਰੀਆਂ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਪੁਲਿਸ ਨੇ ਇਸ ਨੂੰ ਘੇਰ ਲਿਆ, ਘੇਰ ਕੇ ਬਿਨਾਂ ਕੋਈ ਗੱਲਬਾਤ ਕੀਤੇ ਇਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਕੁੱਟਿਆ ਵੀ ਅਜਿਹਾ ਕਿ ਇਸ ਦੀ ਪਿੱਠ ਲਾਲ ਹੋ ਗਈ, ਤਾਂ ਹੁਣ ਤਾਹਾਂ ਮਾਰ ਮਾਰ ਕੇ ਇਨਸਾਫ ਦੀ ਮੰਗ ਕਰ ਰਿਹਾ। ਸਰ ਮਾਮਲਾ ਇਸ ਤਰ੍ਹਾਂ, ਮੈਂ ਪੜ੍ਹਿਆ ਲਿਖਿਆ ਜੀ, ਮੈਂ ਇੰਜੀਨੀਅਰ ਹਾਂ। ਜਦੋਂ ਧੱਕੇ ਖਾ ਕੇ ਕਿਤੇ ਵੀ ਜੋਬ ਨਹੀਂ ਮਿਲਦੀ, ਅਸੀਂ ਹੁਣ ਆਪਣਾ ਘਰ ਤਾਂ ਚਲਾਉਣਾ, ਮੇਰੇ 2 ਬੱਚੇ ਆ, ਮੇਰੀ 13 ਸਾਲ ਦੀ ਬੇਟੀ ਆ, ਮੇਰਾ 6 ਸਾਲ ਦਾ ਮੁੰਡਾ, ਮੇਰੇ ਮਾਂ ਨੇ, ਬਾਪ ਨੇ, ਸਾਡੀ ਦਾਦੀ ਆ, ਅਸੀਂ ਆਪਣੇ ਘਰ ਨੂੰ ਤਾਂ ਚਲਾਉਣਾ, ਅਸੀਂ ਜੇਬਾਂ ਥੋੜ੍ਹੀ ਵੱਡਾਂਗੇ, ਅਟਕੈਤੀਆਂ ਕਰਾਂਗੇ। ਸੋ ਮੈਂ ਆਪਣੇ ਰੋਜ਼ੀ ਰੋਟੀ ਵਾਸਤੇ ਜੀ ਕਿਰਾਏ 'ਤੇ ਆਟੋ ਫੜਿਆ, 350 ਜੀ ਦਾ ਕਿਰਾਇਆ, ਕਿਰਾਏ 'ਤੇ ਗੱਡੀ ਆ। 1 ਸਾਲ ਤੋਂ ਉੱਪਰ ਹੋ ਗਿਆ ਮੈਨੂੰ ਇਸ ਗੱਡੀ ਨੂੰ ਚਲਾਉਂਦੇ, ਇਸ ਤੋਂ ਪਹਿਲਾਂ ਮੈਂ ਗੱਡੀ ਚਲਾਉਂਦਾ ਸੀ ਜੀ ਇਸੇ ਮਾਲਕ ਦੀ, ਮੇਰਾ ਵੈਰੀਫਿਕੇਸ਼ਨ ਕੀਤੀ ਜਾ ਸਕਦੀ। ਕੌਣ ਹੋਇਆ ਕੀ ਸਰ? ਮੈਂ ਰਾਤ ਨੂੰ 10:30-11 ਵਜੇ ਦਾ ਟਾਈਮ ਸੀ ਜੀ, ਮੈਂ ਸਵਾਰੀ ਲੈਣ ਲਈ ਸਟੇਸ਼ਨ 'ਤੇ ਗਿਆ, ਲੇਟ ਹੋ ਗਿਆ ਕਿਉਂਕਿ ਮੇਰੇ ਕੋਲ ਕਿਰਾਇਆ ਨਹੀਂ ਸੀ ਨਿਕਲਿਆ ਗੱਡੀ ਦਾ। ਮੈਂ ਕਿਹਾ ਗੱਡੀ ਆਊਗੀ, ਮੈਂ ਕਿਰਾਇਆ ਕੱਢ ਲੂੰਗਾ, ਸਵਾਰੀ ਬੈਠੂਗੀ। ਚਲੋ ਸਵਾਰੀਆਂ ਬੈਠੀਆਂ 3 ਜੀ, ਇੱਕ ਬਾਬਾ ਥਾਨ ਸਿੰਘ ਚੌਂਕ ਦੀ, ਇੱਕ 3 ਨੰਬਰ ਹੋ ਜਾਂਦੀ, ਅਤੇ ਇੱਕ ਬੈਠੀ ਤਾਜਪੁਰ ਕੰਢੇ ਦੀ ਜੀ, ਧਰਮ ਕੰਢੇ ਦੀ। 2 ਸਵਾਰੀਆਂ ਉੱਤਰ ਗਈਆਂ, ਜਦੋਂ ਧਰਮ ਕੰਢੇ ਵਾਲੇ ਨੂੰ ਲੈ ਕੇ ਮੈਂ ਸਮਰਾਲਾ ਚੌਂਕ ਆਇਆ ਜਿੱਥੇ ਜਲੰਧਰ ਦੀਆਂ ਬੱਸਾਂ ਖੜ੍ਹਦੀਆਂ, ਉੱਥੇ ਇੱਕ ਬੰਦਾ ਦੇ ਜਨਾਨੀ ਨੇ ਸਰ ਮੈਨੂੰ ਹੱਥ ਦਿੱਤਾ, ਕਹਿੰਦੇ ਵੀਰੇ ਜਾਓਗੇ? ਮੈਂ ਕਿਹਾ ਜੀ ਕਿੱਥੇ ਜਾਣਾ? ਕਹਿੰਦੇ ਤਾਜਪੁਰ। ਮੈਂ ਕਿਹਾ ਬਹਿ ਜਾਓ। ਕਿੱਥੇ ਉਤਰਨਾ? ਕਹਿੰਦੇ ਜੀ ਕੰਢੇ ਲਾ ਕੇ। ਮੈਂ ਕਿਹਾ ਬਹਿ ਜਾ ਵੀਰੇ। ਕਿਰਾਇਆ ਪੁੱਛਿਆ, ਮੈਂ ਦੱਸਿਆ 40 ਰੁਪਏ, ਕਹਿੰਦੇ ਜ਼ਿਆਦਾ, ਮੈਂ 30 ਕਿਹਾ ਤਾ, ਬੈਠ ਗਏ। ਝੁੱਗੀਆਂ ਤੋਂ ਜਿਹੜੀਆਂ ਤਾਜਪੁਰ ਨੂੰ ਆਪਾਂ ਜਦੋਂ ਜਾਂਦੇ ਸਿੱਧੇ ਝੁੱਗੀਆਂ ਆਉਂਦੀਆਂ ਨੇ, ਝੁੱਗੀਆਂ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਉਸ ਲੇਡੀ ਨੇ ਮੈਨੂੰ ਕਿਹਾ, ਭਾਅ ਜੀ 1 ਮਿੰਟ ਰੋਕੋਗੇ ਅਸੀਂ ਬਾਥਰੂਮ ਜਾਣਾ? ਮੈਂ ਕਿਹਾ ਕੋਈ ਗੱਲ ਨਹੀਂ ਜੀ, ਮੈਂ ਰੋਕ ਦਿੰਦਾ। ਮੈਂ ਰੋਕਿਆ ਸਾਈਡ 'ਤੇ ਜੀ, 1-2 ਮਿੰਟ ਦਾ ਹੀ ਸਮਾਂ ਬੀਤਿਆ ਹੋਣਾ, ਉਹਦਾ ਜਿਹੜਾ ਨਾਲ ਬੰਦਾ ਸੀਗਾ ਜੀ ਉਹ ਵੀ ਉੱਤਰ ਗਿਆ। ਇੱਕ ਮੋਟਰਸਾਈਕਲ 'ਤੇ ਬੁਲਟ 'ਤੇ ਬੰਦਾ ਆਇਆ, ਉਹਨੇ ਮੇਰੇ ਕੋਲ ਬੀੜੀ ਮੰਗੀ, ਕਹਿੰਦਾ ਬੀੜੀ ਪਿਲਾ ਦਿਓ ਭਾਅ ਜੀ। ਮੈਂ ਉਹਨੂੰ ਬੀੜੀ ਦਿੱਤੀ ਸਰ, ਮੈਂ ਜਿੱਦਾਂ ਹੀ ਬੀੜੀ ਦਿੱਤੀ ਪੁਲਿਸ ਵਾਲਿਆਂ ਦੀ ਗੱਡੀ ਆਈ, ਉਹ ਮੇਰੇ ਨਾਲ ਧੱਕਾਸ਼ਾਹੀ ਕਰਨ ਲੱਗ ਗਏ ਜੀ। ਪਹਿਲਾਂ ਬੋਲੇ ਮੈਨੂੰ, ਉਸ ਤੋਂ ਬਾਅਦ ਬੁਲਟ ਵਾਲੇ ਨੇ ਜੀ ਬੁਲਟ ਭਜਾ ਲਿਆ, ਉਹ ਬੁਲਟ ਵਾਲੇ ਦੇ ਮਗਰ ਚਲੇ ਗਏ, ਉਹਨਾਂ ਨੇ ਨਹੀਂ ਮੈਨੂੰ ਕੁਛ ਕਿਹਾ। ਉਸ ਤੋਂ ਬਾਅਦ ਉਹ ਵਾਪਸ ਦੁਬਾਰਾ, ਜਦੋਂ ਬੁਲਟ ਵਾਲੇ ਨੂੰ ਨਹੀਂ ਪਕੜ ਪਾਏ ਜਿਹਨੂੰ ਉਹ ਪਕੜਨਾ ਚਾਹੁੰਦੇ ਸੀ, ਪੁਲਿਸ ਵਾਲੇ ਕਾਰ ਦੇ ਵਿੱਚ ਸੀ ਜੀ, ਪੈਟਰੋਲਿੰਗ PCR ਸੀ ਸਰ। ਇਹ ਨਹੀਂ, ਹੁਣ ਦੇਖੋ ਮੈਨੂੰ ਪਤਾ ਜਿਹੜੀਆਂ ਨਵੀਆਂ ਗੱਡੀਆਂ ਅਲੋਟ ਹੋਈਆਂ ਨੇ ਚਿੱਟੀਆਂ ਵਾਲੀਆਂ, ਉਹ ਗੱਡੀਆਂ ਦੇ ਵਿੱਚ ਸੀ 3 ਜਣੇ ਸੀ, 2 ਵਿਦਾਊਟ ਯੂਨੀਫਾਰਮ ਸੀ, 1 ਯੂਨੀਫਾਰਮ ਦੇ ਵਿੱਚ ਸੀ, ਜਿਹੜੇ ਆਫੀਸਰ ਸੀਗੇ ਉਹ ਬਿਨਾਂ ਯੂਨੀਫਾਰਮ ਤੋਂ ਸੀ, 1 ਡਰਾਈਵਰ ਸੀ ਅਤੇ 1 ਉਹਨਾਂ ਦੇ ਨਾਲ ਕੌਂਸਟੇਬਲ ਸੀ ਸਰ। ਠੀਕ ਹੈ ਜੀ, ਕੌਂਸਟੇਬਲ ਨੇ ਮੇਰੇ ਨਾਲ ਧੱਕਾ ਕੀਤਾ, ਨਾ ਕਿ ਅਫਸਰ ਨੇ, ਜੋ ਸੱਚਾਈ ਆ ਸਰ। ਉਹਨਾਂ ਨੇ ਜਦੋਂ ਮੈਨੂੰ ਬਾਥਰੂਮ ਕਰਨ ਰੋਕ ਲਿਆ, ਮੈਂ ਰੋਕ ਲਿਆ ਜੀ, ਉਹ ਬੰਦਾ ਨੂੰ ਨਹੀਂ ਫੜ ਪਾਏ, ਉਹ ਉਹਨਾਂ ਨੇ ਆਪਣੇ ਸਾਇਰਨ 'ਤੇ ਲਾਈਟਾਂ ਬੰਦ ਕੀਤੀਆਂ ਅਤੇ ਉਹ ਵਾਪਸ ਉਸੇ ਰੋਡ 'ਤੇ ਆ ਗਏ। ਮੈਂ ਸ਼ਨੀ ਮੰਦਰ ਦੇ ਲਾਗੇ ਸੀ, ਉਹਨਾਂ ਨੇ ਕ੍ਰੋਸ ਕਰਕੇ ਮੇਰੀ ਗੱਡੀ ਰੋਕ ਲਈ, ਉਹਨਾਂ ਨੇ ਕੁਛ ਨਹੀਂ ਪੁੱਛਿਆ।
ਕੁਛ ਨਹੀਂ ਦੱਸਿਆ, ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਅਤੇ ਮੇਰੇ ਆਟੋ ਦੇ ਉੱਤੇ ਉਹਨਾਂ ਨੇ ਡੰਡੇ ਮਾਰੇ ਆ। ਮੈਂ ਕਿਰਾਏ 'ਤੇ ਗੱਡੀ ਚਲਾਉਣਾ, ਮੇਰੇ ਇੱਦਾਂ ਲੱਗਦਾ ਜਿਵੇਂ ਮੇਰੇ 'ਤੇ ਡੰਡੇ ਵੱਜੇ ਆ। ਉਸ ਤੋਂ ਬਾਅਦ ਇੰਨੇ ਅੱਗੇ ਵੀਰੇ ਮਾਰੇ ਆ, ਮੈਂ ਕੁਛ ਕਹਿਣਾ ਨਹੀਂ ਚਾਹੁੰਦਾ ਹੁੰਦਾ ਕਦੀ ਵੀ ਕਿਸੇ ਨੂੰ, ਪਰ ਜਦੋਂ ਦਿਲ ਦੁਖਦਾ ਤਕਲੀਫ ਹੁੰਦੀ ਭਾਅ ਜੀ। ਅਸੀਂ ਕੋਈ ਗਏ ਗੁਜ਼ਰੇ ਥੋੜ੍ਹੀ ਆ, ਫਾਦਰ ਸਾਹਿਬ ਮੇਰੇ ਐਡਵੋਕੇਟ ਆ, ਮੰਮੀ ਮੇਰੀ ਡਾਕਟਰ ਆ, MBBS, ਠੀਕ ਆ। ਸਰਕਮਸਟਾਂਸ ਹੁੰਦੇ ਬੰਦੇ ਦੇ, ਅਸੀਂ ਮਿਹਨਤ ਵੀ ਨਹੀਂ ਕਰ ਸਕਦੇ, ਸਰਕਾਰ ਤਾਂ ਕੁਛ ਕਰਦੀ ਨਹੀਂ। ਜੇ ਅਸੀਂ ਕੁਛ ਕਰਨ ਦੀ ਕੋਸ਼ਿਸ਼ ਕਰਦੇ ਤਾਂ ਸਾਡੇ ਨਾਲ ਧੱਕਾ ਹੁੰਦਾ ਸਰ, ਅਸੀਂ ਜਾਈਏ ਕਿੱਥੇ। ਕਿੰਨਾ ਪੜ੍ਹੇ ਸਰ? ਮੈਂ ਇੰਜੀਨੀਅਰ ਹਾਂ, ਠੀਕ ਆ। ਮੈਂ ਕੰਪਿਊਟਰ ਦੇ ਵਿੱਚ ਟੋਟਲੀ ਸਰ ਮਾਸਟਰ ਹਾਂ। ਇਹਨਾਂ ਨੇ ਮੇਰੇ ਨਾਲ ਸਰ ਉੱਥੋਂ ਜਦੋਂ ਵਾਪਸ ਆਏ ਇਹਨਾਂ ਨੇ ਰੋਕਿਆ, ਉਹ ਬੰਦੇ ਜਨਾਨੀ ਨੂੰ ਵੀ ਕੁੱਟਣ ਲੱਗ ਗਏ, ਉਹ ਭੱਜ ਗਏ, ਜਨਾਨੀ ਰੁਕ ਗਈ, ਮੁੰਡਾ ਭੱਜ ਗਿਆ, ਜਨਾਨੀ ਰੁਕ ਗਈ। ਉਹਨਾਂ ਨੇ ਸਰ ਮੇਰੇ ਸਿਰ 'ਤੇ ਇੰਨੇ ਡੰਡੇ ਮਾਰੇ, ਘੱਟੋ ਘੱਟ 16-17 ਡੰਡੇ ਤੋਂ ਉਹਨੇ ਮੇਰੇ ਸਿਰ 'ਤੇ ਹੀ ਮਾਰੇ। ਸਰ ਮੈਂ ਕਿਹਾ ਉਹਨਾਂ ਨੂੰ ਕਿ ਮੈਨੂੰ ਕਿਉਂ ਮਾਰ ਰਹੇ, ਮੈਂ ਤੁਹਾਨੂੰ ਕੀ ਕਿਹਾ? ਮੈਨੂੰ ਕਹਿੰਦੇ ਚੁੱਪ ਕਰ ਜਾ, ਮਾਂ ਦੀ ਗਾਲ ਕੱਢੀ ਤੇਰੀ ਮਾਂ ਨਾ, ਇਹ ਕਰ ਦਾਂਗੇ ਉਹ ਕਰ ਦਾਂਗੇ, ਚੱਲ ਠਾਣੇ। ਕਹਿੰਦੇ ਇਹਦਾ ਪਰਚਾ ਪਾਉਣਾ ਜਿਹਨੂੰ ਮਰਜ਼ੀ, ਕਹੇ ਤੂੰ ਕੌਣ ਦਾ ਸਾਨੂੰ ਕਹਿਣ ਵਾਲਾ? ਮੈਂ ਕੁਛ ਵੀ ਨਹੀਂ ਕਿਹਾ, ਉਹ ਮੈਨੂੰ ਮਾਰ ਹੀ ਗਏ ਸਰ। ਏਰੀਆ ਨੂੰ ਥਾਣਾ ਕਿਹੜਾ ਲੱਗਦਾ? ਸਰ ਸ਼ਨੀ ਮੰਦਿਰ ਦੇ ਲਾਗੇ ਉਹਨਾਂ ਨੇ ਮੈਨੂੰ ਕੁੱਟਿਆ। ਥਾਣਾ ਟਿੱਬਾ ਹੋਣਾ, 7th Division। ਸਰ ਉਹਨਾਂ ਨੇ ਮੇਰੇ ਸਿਰ 'ਤੇ ਡੰਡੇ ਮਾਰੇ, ਇੱਕ ਤਾਂ ਇੱਦਾਂ ਕਿਸੇ ਚੀਜ਼ 'ਤੇ ਸਿੱਧੇ ਮਾਰਦੇ, ਸਿੱਧੇ ਤਾਂ ਮਾਰੇ, ਇੱਦਾਂ ਘੁਬੋ ਘੁਬੋ ਕੇ ਵੀ ਮਾਰੇ। ਮੇਰੀ ਪਸਲੀ 'ਤੇ ਡੰਡਾ ਮਾਰਿਆ, ਮੈਨੂੰ ਤਾਂ ਲੱਗਦਾ ਉਹ ਟੁੱਟ ਗਈ ਹੈ ਇੱਕ ਪਾਸੋਂ, ਮੈਂ ਸਾਹ ਲੈਣਾ। ਕਿਹੜੀ ਜਗ੍ਹਾ 'ਤੇ ਤੁਹਾਡੇ ਵੱਜੀਆਂ ਨੇ ਸੱਟਾਂ? ਦਰਦ ਹੋ ਰਹੀ ਹੈ। ਮੁਲਾਜ਼ਮਾਂ ਦੀ ਪਹਿਚਾਣ? ਮੈਂ ਪਹਿਚਾਣ ਸਕਦਾ ਸਰ। ਨਹੀਂ ਸਰ ਜੀ, ਉਹ ਵੀਰ ਜੀ ਵੀ ਜਿਹੜੇ ਕੈਮਰਾਮੈਨ ਸਾਹਮਣੇ ਖੜੇ ਲੁਧਿਆਣਾ ਲਾਈਵ ਬਾਰੇ, ਉਹ ਵੀ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਕਿ ਉਹਨਾਂ ਦਾ ਭਰਾ ਕਿਸ ਤਰ੍ਹਾਂ ਦਾ, ਮਿਹਨਤ ਕਸ਼ ਬੰਦਾ। ਮੁਲਾਜ਼ਮ ਸਰ ਤਿੰਨ ਜੀ ਸਰ, ਲਾ ਕੇ ਦਿਖਾਉਣਾ ਸਰ। ਮੈਂ ਜਦੋਂ ਤੁਰਦਾ ਨਾ ਮੇਰੇ ਸਿਰ ਚੋਂ ਬਹੁਤ ਆ, ਸਿਰ ਚਾ ਦੇਖੋ ਇੱਥੇ ਗੁੰਬੜਾ, ਹੱਥ ਲਾ ਕੇ ਦੇਖੋ ਸਾਰੇ, ਇੱਦਾਂ ਚਮੋ ਚਮੋ ਕੇ ਆਦਾ ਆਦਾ ਮਾਰੇ। ਮੈਂ ਕਹਿੰਦਾ ਰਿਹਾ ਭਾਅ ਜੀ ਬਸ ਕਰੋ। ਉਹਨਾਂ ਦੇ ਅਫਸਰ ਨੇ ਜ਼ਰੂਰ ਉਸ ਮੁਲਾਜ਼ਮ ਨੂੰ ਰੋਕਿਆ ਕਿ ਤੂੰ ਕੀ ਕਰ ਰਿਹਾ, ਬਸ ਕਰ, ਮੁੰਡਾ ਮਰ ਜੂਗਾ। ਉਹਨੇ ਉਹਨਾਂ ਦੀ ਵੀ ਨਹੀਂ ਸੁਣੀ ਸਰ, ਮੈਂ ਸੱਚ ਬੋਲ ਰਿਹਾ। ਅਫਸਰ ਨੇ ਮੈਨੂੰ ਕੁਛ ਨਹੀਂ ਕਿਹਾ, ਜਾਂਦੇ ਉਸ ਭਲੇ ਮਾਨਸ ਨੇ ਅਫਸਰ ਨੇ ਮੈਨੂੰ ਕਿਹਾ, ਕਹਿੰਦੇ ਪੁੱਤ ਇਹ ਚਿੱਟਾ ਵੇਚਦੇ ਤਾਂ ਨਹੀਂ ਪਤਾ, ਅਤੇ ਹੁਣ ਮੈਨੂੰ ਥੋੜ੍ਹੀ ਪਤਾ ਕੌਣ ਕੀ ਕਰਦਾ। ਹੁਣ ਮੈਂ ਸਵਾਰੀ ਬਿਠਾਉਣ ਲੱਗੇ, ਇੰਟਰਵਿਊ ਲਵਾਂ ਉਹਦੀ। ਮੈਂ ਜੀ ਬਸ ਇੰਨਾ ਕਹਿੰਦਾ ਚਾਹੁੰਦਾ ਮੇਰੇ ਨਾਲ ਇਨਸਾਫ ਹੋਵੇ। ਫਿਰ ਜਦੋਂ ਗੁੱਸੇ ਦੇ ਵਿੱਚ ਜਾਂ ਬੰਦਾ ਦੁਖੀ ਹੋ ਕੇ ਕੋਈ ਇੱਦਾਂ ਦਾ ਕਦਮ ਚੱਕ ਦਿੰਦਾ ਨਾ ਕਿਸੇ ਵੀ ਤਰ੍ਹਾਂ, ਫਿਰ ਗੌਰਮੈਂਟਾਂ ਦੇ ਟੱਟੀਆਂ ਲੱਗ ਜਾਂਦੀਆਂ ਸਰ। ਮੇਰੇ ਸਰ 2 ਬੱਚੇ ਆ, ਬੇਟਾ ਬੇਟੀ ਮੇਰੀ, 2 ਭੈਣਾਂ, ਦੋਨੋਂ ਐਡਵੋਕੇਟ। ਮੈਨੂੰ ਸਰ ਹੋ ਗਏ 3-4 ਸਾਲ ਤਾਂ ਹੋ ਗਏ ਆਟੋ ਚਲਾ, ਜੋਬ ਨਹੀਂ ਮਿਲੀ, ਮੈਂ ਕਿੱਥੇ ਜਾਵਾਂ ਦੱਸੋ? ਕਿਤੇ ਗਲੇ ਅੰਗੂਠਾ ਦੇ ਦੇਵਾਂ?